ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਹੈ 14 ਦਸੰਬਰ 2022 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 14 ਦਸੰਬਰ 2022 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿੱਥੇ 21 ਅਣਆਬਾਦ ਟਾਪੂਆਂ ਦਾ ਨਾਮ ਪਰਮਵੀਰ ਚੱਕਰਵਿਜੇ ਤਾਮਾ ਦੇ ਨਾਮ ਉੱਤੇ ਰੱਖਿਆ ਜਾਵੇਗਾ ਹਾਂਜੀ ਅੰਡੇਮਾਨ ਨਿਕੋਵਾਰ ਦੇ ਵਿੱਚ 21 ਅਣਆਬਾਦ ਟਾਪੂਆਂ ਦਾ ਨਾਮ ਪਰਮਵੀਰ ਚੱਕਰਵਿਜੇ ਤਾਮਾ ਦੇ ਨਾਮ ਉੱਤੇ ਰੱਖਿਆ ਜਾਵੇਗਾ অপশন নাম্বার বি ইজ আ রাইট आंसर। ਇਨਾ 21 ਅਣ ਆਬਾਦ ਟਾਪੂਆਂ ਦੇ ਵਿੱਚੋਂ 16 ਜਿਹੜੇ ਟਾਪੂ ਆ ਜਾਂ 16 ਦੀਪ ਕਹਿ ਦਿੰਨੇ ਆਪਾਂ ਠੀਕ ਹੈ ਇਹ ਉੱਤਰੀ ਆਂਡੇਮਾਨ ਦੇ ਵਿੱਚ ਆ ਤੇ ਪੰਜ ਦੀਪ ਦੱਖਣੀ ਆਂਡੇਮਾਨ ਦੇ ਵਿੱਚ ਆ ਤੇ ਇਸ ਤੋਂ ਇਲਾਵਾ ਹੁਣ ਅਸੀਂ ਗੱਲ ਕੀਤੀ ਸੀ ਪਰਮਵੀਰ ਚੱਕਰਵਿਜੇ ਤਾਮਾ ਦੀ ਠੀਕ ਹੈ ਕਿ ਪਰਮਵੀਰ ਚੱਕਰਵਿਜੇ ਤਾਮਾ ਦੇ ਨਾਮ ਉੱਤੇ ਰੱਖਿਆ ਜਾਵੇਗਾ। ਦੇਖੋ ਜਿਹੜੇ ਆਪਾਂ ਗੱਲ ਕੀਤੀ ਆ ਪਰਮਵੀਰ ਚੱਕਰਵਿਜੇਤਾ ਦੀ ਤੁਹਾਡੇ ਮਾਈਂਡ ਦੇ ਵਿੱਚ ਤੁਰੰਤ ਕਲਿੱਕ ਕਰਨਾ ਚਾਹੀਦਾ ਕਿ ਦੇਸ਼ ਦੇ ਪਹਿਲੇ ਪਰਮਵੀਰ ਚੱਕਰਵਿਜੇਤਾ ਕੌਣ ਆ ਦੇਸ਼ ਦੇ ਪਹਿਲੇ ਪਰਮਵੀਰ ਚੱਕਰਵਿਜੇਤਾ ਵਾਂ ਮੇਜਰ ਸੋਮਨਾਥ ਸ਼ਰਮਾ ਠੀਕ ਹੈ ਜੀ ਇਹ ਵੀ ਤੁਸੀਂ ਯਾਦ ਰੱਖਣਾ ਤੇ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਂਡੇਮਾਨ ਨਿਕੋਬਰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਿਊਟਿਨੇਟ ਗਵਰਨਰ ਹੁੰਦੇ ਆ ਆਂਡੇਮਾਨ ਨਿਕੋਬਰ ਦੇ ਲਿਊਟਿਨੇਟ ਗਵਰਨਰ ਕੌਣ ਨੇ ਐਡਮਿਰਲ ਡੀ ਕੇ ਜੋਸੀ ਜਾਨੀ ਕਿ ਦਵਿੰਦਰ ਕੁਮਾਰ ਜੋਸੀ ਤੇ ਇਸ ਤੋਂ ਇਲਾਵਾ ਆਂਡੇਮਾਨ ਨਿਕੋਬਰ ਦੀ ਕੈਪੀਟਲ ਕੀ ਆ ਪੋਰਟ ਬਲੇਅਰ ਤੇ ਇਥੋਂ ਦੇ ਲਿਊਟੇਨੈਂਟ ਗਵਰਨਰ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਦਵਿੰਦਰ ਕੁਮਾਰ ਜੋਸੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਜੀ 20 ਵਿਕਾਸ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਿਸ ਨੇ ਕੀਤੀ ਹਾਂਜੀ ਜੀ 20 ਵਿਕਾਸ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਿਸ ਨੇ ਕੀਤੀ ਆ ਤੇ ਵਾਰਾਨਸੀ ਨੇ ਕੀਤੀ ਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਇੰਡੋਨੇਸ਼ੀਆ ਦੇ ਵਾਲੀ ਦੇ ਵਿੱਚ ਜੋ ਜੀ 20 ਦੀ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਚੀਫ ਅਗਸਟ ਐਜ਼ ਅ ਚੀਫ ਗੈਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸ਼ਾਮਿਲ ਹੋਏ ਸੀ ਤੇ ਉੱਥੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇੰਡੀਆ ਨੂੰ ਜੀ 20 ਦੀ ਪ੍ਰਧਾਨਗੀ ਸੌਂਪੀ ਸੀ ਠੀਕ ਹੈ ਤੇ ਇਸ ਤੋਂ ਪਹਿਲਾਂ ਰੀਸੈਂਟਲੀ ਜੀ 20 ਸੇਰਪਾ ਮੀਟਿੰਗ ਹੋਈ ਹੈ ਠੀਕ ਹੈ ਤੇ ਉਹ ਰਾਜਸਥਾਨ ਦੇ ਉਦੇਪੁਰੇ ਦੇ ਵਿੱਚ ਹੋਈ ਆ ਉਹ ਵੀ ਮੈਂ ਤੁਹਾਨੂੰ ਕਰਵਾਇਆ ਤੇ ਹੁਣ 1 ਦਸੰਬਰ ਤੋਂ 1 ਦਸੰਬਰ ਤੋਂ G20 ਦੀ ਪ੍ਰਧਾਨਗੀ ਸਾਡੇ ਦੇਸ਼ ਭਾਰਤ ਨੂੰ ਜਿਹੜੀ ਮਿਲੀ ਆ ਇਸ ਦੇ ਵਿੱਚ ਇੱਕ ਮੈਂ ਤੁਹਾਨੂੰ ਸੈਰਪਾ ਕਰਵਾਤੀ ਤੇ ਦੂਸਰੀ ਵਾਰਾਨਸੀ ਦੇ ਵਿੱਚ ਹੋਈ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਜਿਹੜੀ ਵਾਰਾਨਸੀ ਦੇ ਵਿੱਚ ਹੋਈ ਆ ਇਹ ਵੀ ਕਾਸ ਮੰਤਰੀਆਂ ਦੀ ਮੀਟਿੰਗ ਹੋਈ ਆ ਠੀਕ ਹੈ ਇਸ ਗੱਲ ਦਾ ਵੀ ਧਿਆਨ ਰੱਖਣਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਆਯੂਸ਼ਮਾਨ ਭਾਰਤ ਆਈਡੀ ਜਨਰੇਸ਼ਨ ਵਿੱਚ ਕਿਸ ਨੂੰ ਪਹਿਲਾ ਇਨਾਮ ਮਿਲਿਆ ਹਾਂਜੀ ਆਯੂਸ਼ਮਾਨ ਭਾਰਤ ਆਈਡੀ ਜਨਰੇਸ਼ਨ ਦੇ ਵਿੱਚ ਪਹਿਲਾ ਇਨਾਮ ਮਿਲਿਆ ਜੰਮੂ ਕਸ਼ਮੀਰ ਨੂੰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣੇ ਪਹਿਲਾ ਇਨਾਮ ਜੰਮੂ ਕਸ਼ਮੀਰ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਕੈਪੀਟਲ ਕੀ ਹੈ ਸ਼੍ਰੀਨਗਰ ਅਤੇ ਜੰਮੂ ਠੀਕ ਹੈ ਤੇ ਹੁਣ ਜੰਮੂ ਕਸ਼ਮੀਰ ਵੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਿਊਟੇਨੈਂਟ ਗਵਰਨਰ ਹੁੰਦੇ ਆ ਜਿਵੇਂ ਆਪਣੇ ਗਵਰਨਰ ਹੁੰਦੇ ਆ ਨਾ ਉਸੇ ਤਰ੍ਹਾਂ ਇਹਨਾਂ ਦੇ ਲੈਫਟੀਨੈਂਟ ਗਵਰਨਰ ਹੁੰਦੇ ਆ ਲਿਊਟੇਨੈਂਟ ਗਵਰਨਰ ਤੇ ਜੰਮੂ ਕਸ਼ਮੀਰ ਦੇ ਲਿਊਟੇਨੈਂਟ ਗਵਰਨਰ ਕੌਣ ਨੇ ਮਨੂਜ सिन्हा ਜੰਮੂ ਕਸ਼ਮੀਰ ਦੇ ਵਿੱਚ ਡੱਚ ਗ੍ਰਾਮ ਨੈਸ਼ਨਲ ਪਾਰਕ ਕਿਸਤ ਬਾੜ ਨੈਸ਼ਨਲ ਪਾਰਕ ਡਾਕਟਰ ਸਲੀਮ ਅਲੀ ਨੈਸ਼ਨਲ ਪਾਰਕ ਪਰ ਜੇਕਰ ਡਾਕਟਰ ਸਲੀਮ ਅਲੀ ਵ্ল্ড ਲਾਈਫ ਸੈਂਟਰੀ ਪੁੱਛ ਲਿਆ ਜਾਵੇ ਤਾਂ ਗੋਆ ਦੇ ਵਿੱਚ ਆ ਧਿਆਨ ਰੱਖਣਾ ਠੀਕ ਹੈ ਹੁਣ ਜੰਮੂ ਕਸ਼ਮੀਰ ਦੇ ਵਿੱਚ ਡਲ ਝੀਲਾ ਬੁੱਲਰ ਝੀਲਾ ਗਾਇਮਰ ਝੀਲਾ ਮਾਨਸਵਾਲ ਝੀਲਾ ਗੰਗਾਬਲ ਝੀਲਾ ਕੋ ਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰ ਝੀਲਾ ਬੈਰੀਨਾਗ ਝੀਲਾ ਜੇ ਜੰਮੂ ਕਸ਼ਮੀਰ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜ ਆ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਜੰਮੂ ਕਸ਼ਮੀਰ ਇੱਕ ਪਹਿਲਾਂ ਰਾਜ ਸੀ ਠੀਕ ਹੈ ਜੰਮੂ ਕਸ਼ਮੀਰ ਪਹਿਲਾਂ ਰਾਜ ਸੀ ਤਾਂ ਇਸ ਕਰਕੇ ਇਹ ਬੋਲਿਆ ਜਾਂਦਾ ਸੀ ਕਿ ਆਪਣੇ ਦੇਸ਼ ਆਪਣੇ ਰਾਜ ਪੰਜਾਬ ਨੂੰ ਆਪਣੇ ਪੰਜਾਬ ਨੂੰ ਚਾਰ ਰਾਜਾਂ ਦੀ ਹੱਦ ਲੱਗਦੀ ਆ ਠੀਕ ਹੈ ਪਰ ਹੁਣ ਤੁਸੀਂ ਯਾਦ ਰੱਖਣਾ ਕਿ ਜੰਮੂ ਤੇ ਕਸ਼ਮੀਰ ਆ ਜਿਹੜਾ ਇਹ ਦੋ 파ਰਟਸ ਦੇ ਵਿੱਚ ਡਿਵਾਈਡ ਹੋ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਇੱਕ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਦੂਸਰਾ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਠੀਕ ਹੈ ਤੇ ਦੇਖੋ 4 ਜਿਹੜੇ ਮੈਂ ਤੁਹਾਨੂੰ ਕਰਵਾਇਆ ਤੇ ਹੁਣ ਤੁਹਾਨੂੰ ਆ ਸਕਦਾ ਵਾ ਕਿ ਜੰਮੂ ਕਸ਼ਮੀਰ ਦੀ ਹੱਦ ਕਿੰਨੇ ਰਾਜਾਂ ਨਾਲ ਲੱਗਦੀ ਆ ਤਾਂ ਹੁਣ ਤੁਸੀਂ 3 ਲਗਾਉਂਗੇ ਰਾਜ 3 ਰਹਿ ਗਏ ਕੇਂਦਰ ਸ਼ਾਸਿਤ ਪ੍ਰਦੇਸ਼ 2 ਬਣ ਗਏ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ 1 ਸੀ ਹੁਣ 2 ਬਣ ਗਏ ਕਿਉਂਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਕੇਂਦਰ ਸ਼ਾਸਿਤ ਪ੍ਰਦੇਸ਼ ਇੱਕ ਚੰਡੀਗੜ੍ਹ ਤੇ ਇੱਕ ਜੰਮੂ ਕਸ਼ਮੀਰ ਦੀ ਹੱਦ ਪੰਜਾਬ ਨੂੰ ਲੱਗਦੀ ਆ ਰਾਜ ਕਿਹੜੇ ਕਿਹੜੇ ਰਾਜ ਕਿਹੜੇ ਆ ਹਿਮਾਚਲ ਪ੍ਰਦੇਸ਼ ਆ ਹਰਿਆਣਾ ਮਾ ਤੇ ਗੁਜਰਾਤ ਆ ਠੀਕ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਕਿ ਪੰਜਾਬ ਦੇ ਨਾਲ ਕਿਹੜੇ-ਕਿਹੜੇ ਰਾਜਾਂ ਦੀ ਹੱਦ ਲੱਗਦੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਹੁਣ ਅਸੀਂ ਗੱਲ ਕਰਦੇ ਆ ਤਾਸ਼ੀ ਰਾਜਸਥਾਨ ਨੂੰ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵਜੋਂ ਪਾਇੰਟ ਕੀਤਾ ਗਿਆ ਜਮੂ ਕਸ਼ਮੀਰ ਦੇ ਉਦਮਪੁਰ ਵਿਖੇ ਤਿੰਨ ਦਿਨਾਂ ਦਾ ਹਥਿਆਰ ਗੋਲੀਬਾਰੀ ਮੁਕਾਬਲਾ ਸਮਾਪਤ ਹੋਇਆ ਭਾਰਤੀ ਫੌਜ ਨੇ ਸ਼੍ਰੀਨਗਰ ਵਿਖੇ ਫੁੱਲਮਾਲਾ ਭੇਟ ਕਰਨ ਦੀ ਰਸਮ ਦਾ ਆਯੋਜਨ ਕੀਤਾ ਜਨਾਬ ਵਾਈਟ ਵਾਟਰ ਰਾਫਟਿੰਗ ਫੈਸਟੀਵਲ ਜੰਮੂ ਅਤੇ ਕਸ਼ਮੀਰ ਦੇ ਵਿੱਚ ਆਯੋਜਿਤ ਕੀਤਾ ਗਿਆ ਅਗਲਾ ਪ੍ਰਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਸੇਵਾ ਆਪਕੇ ਦੁਆਰ 2.0 ਮੁਹਿੰਮ ਦਾ 7ਵਾਂ ਸੰਸਕਰਣ ਸ਼ੁਰੂ ਕੀਤਾ ਹਾਂਜੀ ਰੀਸੈਂਟਲੀ ਅਰੁਣਾਚਲ ਪ੍ਰਦੇਸ਼ ਗਵਰਨਮੈਂਟ ਨੇ seva aapke dwar 2.0 mohim da satma sanskaran shuru kita option number C is the right answer Arunachal Pradesh ta dekh sakde ho tusi map de vich Arunachal Pradesh Arunachal Pradesh di capital ki hai Itanagar itthon de chief minister aa Pema Khandu itthon de governor aa Brigadier BD Mishra Arunachal Pradesh da pehla naam ki si NEFA ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪੱਕੇ ਟਾਈਗਰ ਰਿਜ਼ਰਵ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾਮਦਫਾ ਨੈਸ਼ਨਲ ਪਾਰਕ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਇਟਾ ਨਗਰ ਦੇ ਵਿੱਚ ਡੋਨੀ ਪੋਲੋ 에ਅਰਪੋਰਟ ਦਾ ਉਦਘਾਟਨ ਕੀਤਾ ਅਰੁਣਾਚਲ ਪ੍ਰਦੇਸ਼ ਨੇ ਦੁਨੀਆ ਦੀ ਪਹਿਲੀ ਡਰੋਨ ਵਿਚੋਲੇ ਪਸ਼ੂਆਂ ਨੂੰ ਟੀਕਾ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ ਅਰੁਣਾਚਲ ਪ੍ਰਦੇਸ਼ ਵਾਂ ਲੌਂਗ ਮੇਲਾ ਕਰਵਾਇਆ ਗਿਆ ਉੱਤਰੀ ਪੂਰਬ ਦਾ ਪਹਿਲਾ ਐਕਵਾ ਪਾਰਕ ਅਰੁਣਾਚਲ ਪ੍ਰਦੇਸ਼ ਵਿੱਚ ਸਥਾਪਿਤ ਕੀਤਾ ਗਿਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ ਕਦੋਂ ਮਨਾਇਆ ਗਿਆ 12 ਦਸੰਬਰ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦੀ ਅਵਸਥਾ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ ਇਹ ਦੇ 12 ਦਸੰਬਰ ਨੂੰ ਮਨਾਇਆ ਜਾਂਦਾ ਹੈ 9 ਅਸੀ ਦਸੰਬਰ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਆ ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਬੀਐਸਐਫ ਦਾ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਅਪਾਹਜ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਬੈਂਕ ਵਿਸ਼ਵ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਡਾਕਟਰ ਪੀਮਰਾਓ ਅੰਬੇਡਕਰ ਦੀ 66ਵੀਂ ਵਰ੍ਹੇਗੰਢ ਮਨਾਈ ਗਈ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਸਾਰਕ ਚਾਰਟਰ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ ਨਸਲਕੁਸ਼ੀ ਦੀ ਰੋਕਥਾਮ ਅਤੇ ਪੀੜਤਾਂ ਦੀ ਯਾਦ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜੀ ਦਿਵਸ ਮਨਾਇਆ ਗਿਆ ਤੇ ਯੂਨੀਸੇਫ ਦਿਵਸ ਮਨਾਇਆ ਗਿਆ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ 34ਵੇਂ ਕਿੰਗਜ਼ ਕੱਪ ਰੈਗਟਾ 2022 ਵਿੱਚ ਭਾਰਤੀ ਮਲਾ ਅਨੰਦੀ ਨੰਦਨ ਚੰਦਰਾ ਵਰਕਰ ਨੇ ਕਿਹੜਾ ਮੈਡਲ ਜਿੱਤਿਆ ਹਾਂਜੀ 34ਵੇਂ ਕਿੰਗਜ਼ ਕੱਪ ਰੈਗਟਾ 2022 ਵਿੱਚ ਭਾਰਤੀ ਮਲਾ ਅਨੰਦੀ ਨੰਦਨ ਚੰਦਰਾ ਵਰਕਰ ਇਹਨਾਂ ਨੇ 골ਡ ਮੈਡਲ ਜਿੱਤਿਆ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਤੇ ਜੋ 34ਵਾਂ ਕਿੰਗਜ਼ ਕੱਪ ਰੈਗਟਾ 2022 ਹੈ ਕਿੱਥੇ ਹੋ ਰਿਹਾ THAILAND ਦੇ ਫੋਕਟ ਦੇ ਵਿੱਚ ਹੋਇਆ ਠੀਕ ਹੈ ਤੇ ਜਿਨ੍ਹਾਂ ਨੇ ਇਹ ਮੈਡਲ ਜਿੱਤਿਆ ਇਹ ਭਾਰਤ ਦੇ ਆ ਅਨੰਦੀ ਨੰਦਨ ਚੰਦਰਾ ਵਰਕਰ ਠੀਕ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿਸ ਰਾਜ ਦੀ ਸ਼ਿਸ਼ੂਪਾਲ ਪਹਾੜੀ ਨੂੰ ਸੈਰ ਸਪਾਟਾ ਸਥਾਨ ਵਜੋਂ ਘੋਸ਼ਿਤ ਕੀਤਾ ਗਿਆ ਹਾਂਜੀ ਕਿਹੜੇ ਰਾਜ ਦੀ ਸ਼ਿਸ਼ੂਪਾਲ ਪਹਾੜੀ ਆ ਜਿਸ ਨੂੰ ਸੈਰ ਸਪਾਟਾ ਸਥਾਨ ਵਜੋਂ ਘੋਸ਼ਿਤ ਕੀਤਾ ਗਿਆ ਤਾਂ ਇਹ ਹੈ ਜੀ ਛਤੀਸਗੜ ਦੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਛਤੀਸਗੜ ਦੀ ਸ਼ਿਸ਼ੂਪਾਲ ਪਹਾੜੀ ਆ ਜਿਸ ਨੂੰ ਸੈਰ ਸਪਾਟਾ ਸਥਾਨ ਦੇ ਵਜੋਂ ਘੋਸ਼ਿਤ ਕੀਤਾ ਗਿਆ ਉਹਨੇ ਛਤੀਸਗੜ ਦੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ ਛਤੀਸਗੜ ਦੀ ਕੈਪੀਟਲ ਕੀ ਆ ਰਾਏਪੁਰ ਅੱਛਾ ਇੱਕ ਹੋਰ ਸਹਿਰ ਸੀ ਨਮਾ ਰਾਏਪੁਰ ਉਸ ਦਾ ਨਾਮ ਬਦਲ ਕੇ ਅਟਲ ਨਗਰ ਰੱਖਿਆ ਗਿਆ ਠੀਕ ਹੈ ਵੀ ਤੁਸੀਂ ਯਾਦ ਰੱਖਣਾ ਤੇ ਛਤੀਸਗੜ ਦੇ ਚੀਫ ਮਿਨਿਸਟਰ ਬੋਪੇਸ਼ ਵੰਗੇਲ ਤੇ ਉਥੋਂ ਦੇ ਗਵਰਨਰ ਆ ਅਨੁਸੂਈਆ ਓ ਈ ਕੇ ਛਤੀਸਗੜ ਦੇ ਵਿੱਚ ਅਚਾਨਕ ਮਾਰ ਵਾਈਲਡ ਲਾਈਫ ਸੈਂਚਰੀ ਆ ਬਾਦਲਖੋਰ ਵਾਈਲਡ ਲਾਈਫ ਸੈਂਚਰੀ ਆ ਬਰਨਾਮਾ ਪਾਰਾ ਵਾਈਲਡ ਲਾਈਫ ਸੈਂਚਰੀ ਆ ਪੁਲਿਸ ਨੇ ਡਿਪਰੈਸ਼ਨ ਗ੍ਰਸਤ ਕਰਮਚਾਰੀਆਂ ਲਈ ਸੰਵਾਦ ਸੰਪਾਦਨ અભિયાન ਸ਼ੁਰੂ ਕੀਤਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਛਤੀਸਗੜ ਸਰਕਾਰ ਨੇ ਟਾਟਾ ਟੈਕਨੋਲੋਜੀਜ਼ ਨਾਲ ਸਮਝੌਤਾ ਕੀਤਾ ਛਤੀਸਗੜ ਸਰਕਾਰ ਨੇ ਅਨੁਸੂਚਿਤ ਖੇਤਰਾਂ ਵਿੱਚ ਪੰਚਾਇਤ ਅਧਿਕਾਰਾਂ ਦਾ ਵਿਸਥਾਰ ਲਾਗੂ ਕੀਤਾ ਛਤੀਸਗੜ ਸੀਐਫਆਰ ਅਧਿਕਾਰਾਂ ਨੂੰ ਮਾਨਤਾ ਦੇਣ ਵਾਲਾ ਦੂਜਾ ਰਾਜ ਬਣਿਆ ਛਤੀਸਗੜ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਮਿਤਨ ਯੋਜਨਾ ਦੀ ਸ਼ੁਰੂਆਤ ਕੀਤੀ ਛਤੀਸਗੜ ਸਰਕਾਰ ਵੱਲੋਂ ਕੋਸ਼ਲਿਆ ਮਾਤਰ ਤਵਾ ਯੋਜਨਾ ਸ਼ੁਰੂ ਕੀਤੀ ਗਈ ਹਾਲ ਹੀ ਹਾਲ ਹੀ ਵਿੱਚ 2022 ਹਿਊਰਨ ਗਲੋਬਲ 500 ਕੀਮਤੀ ਕੰਪਨੀਆਂ ਦੀ ਸੂਚੀ ਵਿੱਚ ਸਿਖਰ ਤੇ ਕੌਣ ਰਿਹਾ ਹਾਂਜੀ ਹਿਊਰਨ ਗਲੋਬਲ 500 ਕੀਮਤੀ ਕੰਪਨੀਆਂ ਇਸ ਦਾ ਕੀ ਮਤਲਬ ਹੈ ਕਿ ਕਿਸ ਦੇਸ਼ ਵਿੱਚ ਕਿੰਨੀਆਂ ਜ਼ਿਆਦਾ ਕੀਮਤੀ ਕੰਪਨੀਆਂ ਨੇ ਇਸ ਦੇ ਬੇਸ ਤੇ ਇੱਕ ਲਿਸਟ ਬਣਾਈ ਗਈ ਆ ਜਿਸ ਦੇ ਵਿੱਚ ਟੌਪ ਤੇ ਰਿਹਾ ਯੂ ਐਸ ਏ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਯੂ ਐਸ ਏ ਟੌਪ ਤੇ ਆ ਇਸ ਦੇ ਵਿੱਚ 260 ਕੀਮਤੀ ਕੰਪਨੀਆਂ ਚਾਈਨਾ ਸੈਕੰਡ ਤੇ ਆ ਇਸ ਦੇ ਵਿੱਚ 35 ਕੀਮਤੀ ਕੰਪਨੀਆਂ ਜਾਪਾਨ 3rd ਤੇ ਆ ਇਸ ਦੇ ਵਿੱਚ 28 ਕੀਮਤੀ ਕੰਪਨੀਆਂ ਵਾਂ 4th ਤੇ ਆ ਯੂਕੇ ਯੂਕੇ ਦੇ ਵਿੱਚ 21 ਕੀਮਤੀ ਕੰਪਨੀਆਂ ਨੇ ਠੀਕ ਹੈ ਤੇ ਸਾਡਾ ਦੇਸ਼ ਭਾਰਤ ਅਤੇ ਕੈਨੇਡਾ 20 ਇਹਦੇ ਵਿੱਚ 20 ਕੰਪਨੀਆਂ ਤੇ 5ਵੇਂ ਨੰਬਰ ਤੇ ਰਹਾ ਠੀਕ ਹੈ ਭਾਰਤ ਅਤੇ ਕੈਨੇਡਾ ਦੇ ਵਿੱਚ 20 ਕੀਮਤੀ ਕੰਪਨੀਆਂ ਨੇ ਤੇ 5ਵੇਂ ਨੰਬਰ ਤੇ ਰਹਾ ਇਸ ਲਿਸਟ ਦੇ ਵਿੱਚ ਹੁਣ ਇਸ ਲਿਸਟ ਦੇ ਵਿੱਚ ਟੌਪ ਤੇ ਆ ਯੂਐਸਏ ਤਾਂ ਯੂਐਸਏ ਦੀ ਕੈਪੀਟਲ ਕੀ ਹੈ ਵਾਸ਼ਿੰਗਟਨ ਡੀਸੀ ਇਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਜੋਰ ਵਾਈਡਨ ਇਹਨਾਂ ਤੇ ਇਥੋਂ ਦੇ ਆ ਆਪਾਂ ਗੱਲ ਕਰੀਏ ਵਾਇਸ ਪ੍ਰੈਜ਼ੀਡੈਂਟ ਦੀ ਤਾਂ ਵਾਇਸ ਪ੍ਰੈਜ਼ੀਡੈਂਟ ਕੌਣ ਨੇ ਕਮਲਾ ਹੈਰਿਸ ਯੂਐਸਏ ਨੇ ਰੀਸੈਂਟਲੀ ਭਾਰਤ ਨੂੰ ਆਪਣੀ ਕਰੰਸੀ ਨਿਗਰਾਨੀ ਸੂਚੀ ਦੇ ਵਿੱਚੋਂ ਹਟਾ ਦਿੱਤਾ ਅਰੁਣਾ ਮਿਲਰ ਨੇ ਅਮਰੀਕਾ ਦੇ ਮੈਰੀਲੈਂਡ ਸੂਬੇ ਦੀ ਲੈਫਟਿਨੇਟ ਗਵਰਨਰ ਦਾ ਆਉਂਦਾ ਸੰਭਾਲਿਆ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਵਿਜੀਲੈਂਟ ਸਟਾਰਮ ਫੌਜੀ ਅਭਿਆਸ ਸ਼ੁਰੂ ਕੀਤਾ ਅਮਰੀਕਾ ਨੇ ਆਪਣੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਜਾਰੀ ਕੀਤੀ ਅਮਰੀਕਾ ਦਾ ਹੈਸਫੀਲਡ ਜੈਕਸ਼ਨ ਐਟਲੰਟਾ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਬਣਿਆ ਮਹਾਤਮਾ ਗਾਂਧੀ ਦੇ ਜੀਵਨ ਨੂੰ ਸਮਰਪਿਤ ਗਾਂਧੀ ਮਿਊਜ਼ੀਅਮ ਅਮਰੀਕਾ ਦੇ ਵਿੱਚ ਖੋਲਿਆ ਗਿਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ 13ਵਾਂ ਅੰਡਰ ਦਾ ਇਅਰ ਥੀਏਟਰ ਫੈਸਟੀਵਲ ਸ਼ੁਰੂ ਹੋਇਆ ਹਾਂਜੀ ਰੀਸੈਂਟਲੀ 13ਵਾਂ ਅੰਡਰ ਦਾ ਇਅਰ ਥੀਏਟਰ ਫੈਸਟੀਵਲ ਸ਼ੁਰੂ ਹੋਇਆ ਵਾ ਅਸਮ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਅੰਡਰ ਦਾ ਇਅਰ ਥੀਏਟਰ ਫੈਸਟੀਵਲ ਇਹ ਅਸਮ ਦੇ ਗੋਲਪਾਰਾ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਇਆ ਵਾ ਤੇ ਇਹ ਇੱਕ ਨਾਟ ਫੈਸਟੀਵਲ ਆ ਠੀਕ ਹੈ ਜਿਹੜਾ ਅਸਮ ਦੇ ਵਿੱਚ ਸ਼ੁਰੂ ਹੋਇਆ ਹੁਣ ਅਸਮ ਚ ਹੋਇਆ ਤਾਂ ਦੇਖ ਸਕਦੇ ਹੋਂ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਕੀ ਆ ਦੇਸ਼ਪੁਰ ਇਤੋਂ ਦੇ ਚੀਫ ਮਿਨਿਸਟਰ ਹਿਮਾਤਾ ਵਿਸ਼ਵ ਸ਼ਰਮਾ ਇਤੋਂ ਦੇ ਗਵਰਨਰ ਆ ਜਗਦੀਸ਼ ਮੁਖੀ ਅਸਮ ਦੇ ਵਿੱਚ ਕਾਜੀ ਰੰਗਾ ਨੈਸ਼ਨਲ ਪਾਰਕ ਆ ਮਾਨਸ ਨੈਸ਼ਨਲ ਪਾਰਕ ਆ ਨਾ ਮੇਰੀ ਨੈਸ਼ਨਲ ਪਾਰਕ ਆ ਔਰੰਗ ਨੈਸ਼ਨਲ ਪਾਰਕ ਡਿਵਰੂ ਸੇਖੋਵਾ ਨੈਸ਼ਨਲ ਪਾਰਕ ਆ ਰਾਇਮੋਨਾ ਨੈਸ਼ਨਲ ਪਾਰਕ ਆ ਬੇਹਿੰਗ ਪਟਕਾਈ ਨੈਸ਼ਨਲ ਪਾਰਕ ਆ ਇਹ ਸੱਤ ਨੈਸ਼ਨਲ ਪਾਰਕ ਆ ਅਸਮ ਦੇ ਤੇ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਮ ਤੀਜੇ ਨੰਬਰ ਤੇ ਆ ਪਹਿਲੇ ਤੇ ਆ ਮੱਧ ਪ੍ਰਦੇਸ਼ ਇਸ ਦੇ ਵਿੱਚ 10 ਨੈਸ਼ਨਲ ਪਾਰਕ ਆ ਦੂਜੇ ਤੇ ਆ ਅੰਡੇਮਾਨ ਨਿਕੋਬਰ ਇਸ ਚ 9 ਨੈਸ਼ਨਲ ਪਾਰਕ ਆ ਤੇ 3rd ਤੇ ਆ ਅਸਮ ਇਸ ਦੇ ਵਿੱਚ 7 ਨੈਸ਼ਨਲ ਪਾਰਕ ਆ ਠੀਕ ਹੈ ਜੀ ਅਸਮ ਦੇ ਫੇਮਸ ਲੋਕ ਨਾਚਾ ਬੀਹੂ ਜਗਰੂੰਬਾ ਪੌਂਗਲ ਤੇ ਅਸਮ ਦੀ ਕੈਬਨਿਟ ਨੇ ਸਫਾਈ ਕਰਮਚਾਰੀ ਕਮਿਸ਼ਨ ਦੀ ਸਥਾਪਨਾ ਲਈ ਇੱਕ ਵਿਲ ਨੂੰ ਮਨਜ਼ੂਰੀ ਦਿੱਤੀ ਅਸਮ ਦੇ ਸਿਲਚਰ ਵਿੱਚ ਉੱਤਰ ਪੂਰਬ ਦੇ ਪਹਿਲੇ ਜੁਨਾਨੀ ਮੈਡੀਸਨ ਖੇਤਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਅਸਮ ਦੇ ਮੁੱਖ ਮੰਤਰੀ ਨੇ ਬਾਜਰਾ ਮਿਸ਼ਨ ਦੀ ਸ਼ੁਰੂਆਤ ਕੀਤੀ ਅਸਮ ਦੇ ਵਿੱਚ ਟ੍ਰੀਜ਼ ਅਲਾਈਵ ਫੋਰੈਸਟ ਪ੍ਰੋਗਰਾਮ ਸ਼ੁਰੂ ਹੋਇਆ ਅਸਮ ਦੇ ਵਿੱਚ ਕੱਟੀ ਵੀ ਹੁ ਤਿਹਾੜ ਮਨਾਇਆ ਜਾਂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਮ ਦੇ ਵਿੱਚ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦਾ ਉਦਘਾਟਨ ਕੀਤਾ। ਅਗਲਾ ਪ੍ਰਸ਼ਨ ਹੈ ਕਿਸ ਨੇ ਹਾਲ ਹੀ ਵਿੱਚ ਜਨਵਰੀ ਦੇ ਵਿੱਚ ਅਪਾਹਜ ਵਿਅਕਤੀਆਂ ਦੇ ਪਹਿਲੇ ਤਿਉਹਾਰ ਦਾ ਯੋਜਨ ਕੀਤਾ? ਹਾਂਜੀ ਜਨਵਰੀ ਦੇ ਵਿੱਚ ਅਪਾਹਜ ਵਿਅਕਤੀਆਂ ਦੇ ਪਹਿਲੇ ਤਿਉਹਾਰ ਦਾ ਆਯੋਜਨ ਕੀਤਾ ਵਾ। ਕਿਸ ਨੇ ਕੀਤਾ? ਇਹ ਆਯੋਜਨ ਕੀਤਾ ਗੋਆ ਨੇ। ਠੀਕ ਹੈ ਜੀ ਗੋਆ ਨੇ ਜਨਵਰੀ ਦੇ ਵਿੱਚ ਅਪਾਹਸ ਵਿਅਕਤੀਆਂ ਦੇ ਪਹਿਲੇ ਤਿਹਾਰ ਦਾ ਆਯੋਜਨ ਕੀਤਾ ਹੁਣ ਗੋਆ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਕੀ ਆ ਪੰਜੀ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਪਰਮੋਦ ਸਾਬੰਤ ਤੇ ਇੱਥੋਂ ਦੇ ਗਵਰਨਰ ਕੌਣ ਨੇ ਪੀ ਐਸ ਸ੍ਰੀ ਧਰਨ ਪਿੰਲੇ ਠੀਕ ਹੈ ਜੀ ਇਹਨਾਂ ਤੁਸੀਂ ਯਾਦ ਰੱਖਣਾ ਗੋਆ ਦੇ ਬਾਰੇ ਇਸ ਤੋਂ ਇਲਾਵਾ ਗੋਆ ਦੇ ਵਿੱਚ 9ਵੀਂ ਵਿਸ਼ਵ ਆਯੁਰਵੇਦ ਕਾਂਗਰਸ ਅਤੇ ਅਰੋਗਿਆ ਐਕਸਪੋ 2022 ਦਾ ਉਦਘਾਟਨ ਹੋਇਆ ਠੀਕ ਹੈ ਜੀ ਤੇ ਗੋਆ ਦੇ ਵਿੱਚ ਭਾਰਤ ਦਾ 53ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਯੋਜਿਤ ਕੀਤਾ ਗਿਆ ਗੋਆ ਦੇ ਮੁੱਖ ਮੰਤਰੀ ਨੇ ਦੇਵਦਰਸ਼ਨ ਯਾਤਰਾ ਯੋਜਨਾ ਦਾ ਉਦਘਾਟਨ ਕੀਤਾ। ਅੰਤਰਰਾਸ਼ਟਰੀ ਲੋਸੋਫੌਂ ਫੈਸਟੀਵਲ ਗੋਆ ਦੇ ਵਿੱਚ ਆਯੋਜਿਤ ਕੀਤਾ ਗਿਆ। ਗੋਆ ਨੇ ਸਿਵਲ 에ਅਰ ਨੈਵੀਗੇਸ਼ਨ ਸਰਵਿਸਿਜ਼ ਆਰਗੇਨਾਈਜੇਸ਼ਨ ਏਸ਼ੀਆ ਪੈਸੀਫਿਕ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਅਕਤੂਬਰ 2023 ਵਿੱਚ ਗੋਆ ਵਿੱਚ 37ਵੀਂ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ। ਗੋਆ ਹਰਕਰ ਜਲ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਪਹਿਲਾ ਰਾਜ ਬਣਿਆ ਇਸ ਤੋਂ ਇਲਾਵਾ ਗੋਆ ਦੇ ਵਿੱਚ ਬੌਂਡਲਾ ਵਾਈਲਡਲਾਈਫ ਸੈਂਚਰੀ ਆ ਕੋਟੀਗਾਓ ਵਾਈਲਡਲਾਈਫ ਸੈਂਚਰੀ ਆ ਮੁੱਲਮ ਨੈਸ਼ਨਲ ਪਾਰਕ ਆ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਆ ਗੋਆ ਗੋਆ ਦਿਵਸ ਜਾਨੀ ਕਿ ਗੋਆ ਸਥਾਪਨਾ ਦਿਵਸ ਹਰ ਸਾਲ 3 ਮਈ ਨੂੰ ਮਨਾਇਆ ਜਾਂਦਾ ਗੋਆ ਲਿਬਰੇਸ਼ਨ ਡੇ ਜਾਨੀ ਕਿ ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂ ਕਿ 19 ਦਸੰਬਰ 1961 ਨੂੰ ਗੋਆ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਇਸ ਲਈ ਹਰ ਸਾਲ 19 ਦਸੰਬਰ ਨੂੰ ਗੋਆ ਲਿਬਰੇਸ਼ਨ ਡੇ ਮਨਾਇਆ ਜਾਂਦਾ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਆਪਣੇ ਜਲਵਾਯੂ ਪਰਿਵਰਤਨ ਮਿਸ਼ਨ ਨੂੰ ਹਾਲ ਹੀ ਵਿੱਚ ਲਾਂਚ ਕਰਨ ਵਾਲਾ ਕਿਹੜਾ ਰਾਜ ਬਣਿਆ ਆਪਣੇ ਜਲਵਾਯੂ ਪਰਿਵਰਤਨ ਮਿਸ਼ਨ ਨੂੰ ਹਾਲ ਹੀ ਵਿੱਚ ਲਾਂਚ ਕਰਨ ਵਾਲਾ ਪਹਿਲਾ ਰਾਜ ਬਣਿਆ ਤਾਮਿਲਨਾਡੂ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਤਾਮਿਲਨਾਡੂ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਮਿਲਨਾਡੂ ਦੀ ਕੈਪੀਟਲ ਕੀ ਹੈ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਇੱਥੋਂ ਦੇ ਗਵਰਨਰ ਆ ਰਨ ਰਵੀ ਤਮਿਲਨਾਡੂ ਦੇ ਵਿੱਚ ਸੱਤੇ ਮੰਗਲਮ ਟਾਈਗਰ ਰਿਜ਼ਰਵ ਹੈ ਇਸ ਨੂੰ TX2 ਦਾ ਪੁਰਸਕਾਰ ਮਿਲੇਆ ਤਮਿਲਨਾਡੂ ਦੇ ਵਿੱਚ ਉਲਟੀ ਝੀਲ ਬੈਰੀਜ਼ਾਮ ਝੀਲਾ ਕੁਡਾਈਕਨਲ ਝੀਲਾ ਚੈਬਰਮਵਕਮ ਝੀਲਾ ਤਮਿਲਨਾਡੂ ਮਛਲੀ ਦੇ ਉਤਪਾਦਨ ਦੇ ਵਿੱਚ ਟੌਪ ਤੇ ਰਿਹਾ ਅਤੇ ਅੰਗਦਾਨ ਦੇ ਮਾਮਲੇ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਟੌਪ ਪੂਰੇ ਦੇਸ਼ ਦੇ ਵਿੱਚ ਟੌਪ ਤੇ ਆ ਤਮਿਲਨਾਡੂ ਠੀਕ ਹੈ ਪੂਰੀ ਦੁਨੀਆ ਦੀ ਜੇ ਗੱਲ ਕਰੀਏ ਮਛਲੀ ਦੇ ਉਤਪਾਦਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਟੌਪ ਤੇ ਆ ਚਾਈਨਾ ਤਮਿਲਨਾਡੂ ਦੇ ਵਿੱਚ ਕਾਰਤੀ ਗਈ ਦੀਪਮਰਾਤ ਉਤਸਵ ਆਯੋਜਿਤ ਕੀਤਾ ਗਿਆ ਤਮਿਲਨਾਡੂ ਜੰਗਲਾਤ ਵਿਭਾਗ ਨੇ ਭਾਰਤ ਦਾ ਪਹਿਲਾ ਹਾਥੀ ਮੌਤ ਆਡਿਟ ਫਰੇਮਵਰਕ ਪੇਸ ਕੀਤਾ ਤਮਿਲਨਾਡੂ ਸਰਕਾਰ ਨੇ ਗਿਰਜਾਂ ਦੇ ਸੰਭਾਲ ਲਈ ਇੱਕ ਪੈਨਲ ਸਥਾਪਿਤ ਕੀਤਾ ਤਮਿਲਨਾਡੂ ਰਾਜ ਸਰਕਾਰ ਨੇ ਭਾਰਤ ਦੀ ਪਹਿਲੀ ਪਤਲੀ ਲੋਰੀ ਸੈਂਕਚਰੀ ਨੂੰ ਅਸੂਚਿਤ ਕੀਤਾ ਅੱਗੇ ਕਿਸ ਦੇਸ਼ ਨੇ ਹਾਲ ਹੀ ਵਿੱਚ ਔਰਤਾਂ ਦੇ ਦਸਖਤ ਵਾਲਾ ਪਹਿਲਾ ਨੋਟ ਛਾਪਿਆ ਵੈਰੀ ਵੈਰੀ ਇੰਪੋਰਟੈਂਟ ਹੈ ਹਾਂਜੀ ਰੀਸੈਂਟਲੀ ਔਰਤਾਂ ਦੇ ਦਸਖਤ ਵਾਲਾ ਪਹਿਲਾ ਵੈਂਕ ਨੋਟ ਛਾਪਿਆ ਹੈ ਅਮਰੀਕਾ ਦੇਸ਼ ਨੇ অপਸ਼ਨ ਨੰਬਰ B ਇਜ਼ ਅ ਰਾਈਟ ਆਂਸਰ ਦੇਖੋ ਇੱਕ 1 ਡਾਲਰ ਤੇ ਦੂਸਰਾ 5 ਦਾ ਡਾਲਰ ਠੀਕ ਹੈ ਇਹ ਨੋਟ ਆ ਜਿਹੜਾ ਇਸ ਤਰ੍ਹਾਂ ਦਾ ਨੋਟ ਆ ਅਮਰੀਕਾ ਨੇ ਛਾਪਿਆ ਵਾ ਜਿਸ ਤੇ ਦੋ ਔਰਤਾਂ ਦੇ ਸਾਈਨ ਆ ਇੱਕ ਖਜ਼ਾਨਾ ਸਕੱਤਰ ਆ ਜੈਨੇਟ ਜੈਲਨ ਤੇ ਇੱਕ ਖਜ਼ਾਨਚੀ ਆ ਲਿਨ ਮਲੇਰਵਾ ਠੀਕ ਹੈ ਇਹਨਾਂ ਦੇ ਨਾਮ ਵੀ ਤੁਸੀਂ ਯਾਦ ਰੱਖਣਾ ਇਹ ਦੇਸ਼ ਦਾ ਨਾਮ ਵੀ ਯਾਦ ਰੱਖਣਾ ਅਮਰੀਕਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਬੀਜ਼ ਫਰਮ ਨੂੰ ਦੇਸ਼ ਦਾ ਪਹਿਲਾ ਕਾਰਬਨ ਨਿਊਟਰਲ ਫਰਮ ਘੋਸ਼ਿਤ ਕੀਤਾ ਗਿਆ ਹਾਂਜੀ ਕਿਹੜੇ ਰਾਜ ਦੇ ਬੀਜ਼ ਫਰਮ ਫਰਮ ਨੂੰ ਦੇਸ਼ ਦਾ ਪਹਿਲਾ ਕਾਰਬਨ ਨਿਊਟਰਲ ਫਰਮ ਘੋਸ਼ਿਤ ਕੀਤਾ ਗਿਆ ਤਾਂ ਕੇਰਲ ਰਾਜ ਦੇ ਨੂੰ ਕੀਤਾ ਗਿਆ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਹੁਣੇ ਕੇਰਲ ਦੇ ਨੂੰ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਕੀ ਆ ਤ੍ਰਿਵੰਤਮਪੁਰਮ ਇਥੋਂ ਦੇ ਚੀਫ ਮਿਨਿਸਟਰ ਆ ਪਿੰਰਈ ਵਿਜੀਨ ਇਥੋਂ ਦੇ ਗਵਰਨਰ ਆ ਆਰ ਐਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਈਮੁੜੀ 16 ਨੈਸ਼ਨਲ ਪਾਰਕ ਆ ਮੱਤੀਕੇਤਨ 16 ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਪਰਬਡਮ 16 ਨੈਸ਼ਨਲ ਪਾਰਕ ਆ ਐਰਵੀਕੁਲਮ ਨੈਸ਼ਨਲ ਪਾਰਕ ਆ ਪੈਰੀਆਰ ਨੈਸ਼ਨਲ ਪਾਰਕ ਕੇਰਲ ਸਰਕਾਰ ਨੇ ਮਲਿਕਾ ਸਾਰਾਵਾਈ ਨੂੰ ਕੇਰਲਾ ਕਾਲਾ ਮੰਡਲ ਦਾ ਵਾਈਸ ਚਾਂਸਲਰ ਪੁਆਇੰਟ ਕੀਤਾ ਕੇਰਲ ਨੇ ワਇਲਡ ਟ੍ਰੈਵਲ ਮਾਰਟ ਵਿਖੇ ਰਿਸਪਾਂਸਿਬਲ ਟੂਰਿਜ਼ਮ ਗਲੋਬਲ ਅਵਾਰਡ ਜਿੱਤੇ ਆ ਕੇਰਲ ਸਰਕਾਰ ਸਟਾਰਟਅਪ ਨੂੰ ਤਕਨੀਕੀ ਲਾਇਸੈਂਸ ਦੀ ਲਾਗਤ ਦੀ ਅਦਾਇਗੀ ਕਰੇਗੀ ਕੇਰਲ ਰਾਜ ਭਰ ਵਿੱਚ ਸੋਨੇ ਦੀ ਇੱਕ ਸਮਾਨ ਕੀਮਤ ਰੱਖਣ ਵਾਲਾ ਪਹਿਲਾ ਰਾਜਵਣਿਆ ਕੇਰਲ ਨੇ ਸਰਵੋਤਮ ਜਨ ਤੱਕ ਆਵਾਜ਼ਾਈ ਸੇਵਾਵਾਂ ਲਈ ਕੇਂਦਰ ਸਰਕਾਰ ਦਾ ਪੁਰਸਕਾਰ ਜਿੱਤਿਆ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ